ਕਿਉਂਕਿ ਜਦੋਂ ਕਿਸੇ ਦੇਸ਼ ਨੂੰ ਗੁਲਾਮ ਬਣਾਉਣਾ ਹੋਵੇ ਤਾਂ ਯੂਥ ਨੂੰ ਅਨਪੜ੍ਹ ਕਰ ਦਿਉ, ਤਾਂ ਕਿ ਉਹ ਪੜ੍ਹ ਲਿਖ ਕੇ ਆਪਣਾ ਦਿਮਾਗ ਨਾ ਵਰਤ ਸਕਣ ਔਰ ਆਪਣੇ ਹੱਕਾਂ ਨਹੀਂ ਲੜ ਨਾ ਸਕਣ। ਅਸੀਂ ਕੈਪਟਨ ਸਾਹਿਬ ਤੋਂ ਅਸਤੀਫੇ ਦੀ ਮੰਗ ਕਰਦੇ ਹਾਂ ਕਿਉਂਕਿ ਗੌਰਮੈਂਟ ਟੋਟਲੀ ਫੇਲੀਅਰ ਆ, ਫੇਲ ਹੋ ਚੁੱਕਿਆ, ਸਾਰਾ ਸਿਸਟਮ ਤੁਹਾਡੇ ਸਾਹਮਣੇ ਆ। ਅਗਰ ਯੂਥ ਜਿਹੜਾ ਸਾਡਾ ਕਿ ਗਰੀਬੀ ਰੇਖਾ ਦੇ ਥੱਲੇ ਕੰਮ ਕਰ ਪੜ੍ਹ ਰਿਹਾ, ਉਹ ਬੱਚੇ ਜ਼ਿੰਦਗੀ ਬਣਾ ਰਹੇ ਆ, ਔਰ ਉਹਨਾਂ ਬੱਚਿਆਂ ਦੀ ਜਿਹੜੀ ਸਕੋਲਰਸ਼ਿਪ ਆ, ਵਜ਼ੀਫਾ ਫੀਸ ਆ, ਉਹ ਸਾਰੀ ਦੀ ਸਾਰੀ ਅੰਦਰ ਕਰ ਗਈ ਸਾਡੀ ਗੌਰਮੈਂਟ, ਔਰ ਭੁੱਖ ਹੜਤਾਲ ਉਹਨਾਂ ਦੇ ਖਿਲਾਫ ਹੈ ਕਿ ਸਾਡੇ ਬੱਚਿਆਂ ਦੀ ਸਕੋਲਰਸ਼ਿਪ ਜਾਰੀ ਕੀਤੀ ਜਾਵੇ। ਕੈਪਟਨ ਸਾਹਿਬ ਦੀ ਪਹਿਲੀ ਇਹ ਸੀਗੀ ਕਿ ਅਸੀਂ ਫੀਸਾਂ ਮਾਫ਼ ਕਰ ਦਾਂਗੇ, ਕੋਈ ਧੱਕੇਸ਼ਾਹੀ ਨਹੀਂ ਹੋਏਗੀ। ਤੁਹਾਡੇ ਸਾਹਮਣੇ ਆ, ਸਕੂਲਾਂ ਨੇ ਠੋਕ ਵਜਾ ਕੇ ਫੀਸਾਂ ਲਈਆਂ ਨੇ ਔਰ ਬੱਚਿਆਂ ਨੂੰ ਔਨਲਾਈਨ ਪੜ੍ਹਾਈ ਤੁਹਾਨੂੰ ਵੀ ਪਤਾ ਕਿੰਨੀ ਕੁ ਪੜ੍ਹੀ ਜਾ ਰਹੀ ਆ। ਮੈਨੂੰ ਤਾਂ ਇਹ ਲੱਗਦਾ ਕਿ ਸਾਡਾ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਅਨਪੜ੍ਹ ਕਰਨ ਦਾ ਜਿਹੜਾ ਇਹ ਸਰਕਾਰ ਦਾ ਮੇਨ ਟੀਚਾ ਹੈ, ਉਹਦੇ 'ਤੇ ਇਹ ਆਪਣੇ ਕੰਮ ਕਰ ਰਹੇ ਨੇ। ਜਿਹਦੇ ਵਿੱਚੋਂ ਇੱਕ ਚੰਗੇ ਇੰਜੀਨੀਅਰ ਡਾਕਟਰ ਪੈਦਾ ਹੋਣੇ ਨੇ ਔਰ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨਾ ਸੀ, ਉਹ ਬੱਚਿਆਂ ਦੇ ਹੱਕ ਇਹ ਗੌਰਮੈਂਟ ਖਾ ਚੁੱਕੀ ਆ। ਮੈਂ ਤਾਂ ਖੁਦ ਆਰਮੀ ਦੇ ਵਿੱਚੋਂ ਰਿਟਾਇਰਮੈਂਟ ਹਾਂ, ਫੌਜ ਦੇ ਵਿੱਚ ਰਹਿ ਚੁੱਕਾ, ਅਸੀਂ ਤਾਂ ਪਾਕਿਸਤਾਨ ਦੀਆਂ ਗੋਲੀਆਂ ਤੋਂ ਡਰੇ, ਤਾਂ ਫਿਰ ਵੀ ਸਾਡੇ ਇੱਕ ਸਮਾਜ ਨੂੰ ਆਪਣੀ ਲੜਾਈ ਅਸੀਂ ਲੜ ਰਹੇ ਹਾਂ। ਕਿਉਂ ਬੇਬਸ ਤੇ ਲਾਚਾਰ ਖੜਾ ਹੈ, ਖੁੰਡਾ ਕਰ ਹਥਿਆਰ ਖੜਾ ਹੈ, ਜ਼ੁਲਮ ਵੇਖ ਕੇ ਵੀ ਨਾ ਬੋਲੇ, ਫਿਰ ਤੂੰ ਵੀ ਜ਼ੁਲਮੇ ਨਾਲ ਖੜਾ ਹੈ, ਫਿਰ ਤੂੰ ਵੀ ਜ਼ੁਲਮੇ ਨਾਲ ਖੜਾ। ਅਗਰ ਜ਼ੁਲਮ ਨੂੰ ਦੇਖ ਕੇ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਚੱਕ ਸਕਦੇ, ਇਹਦਾ ਮਤਲਬ ਇਹੀ ਹੈ ਕਿ ਅਸੀਂ ਵੀ ਜ਼ੁਲਮਾਂ ਦੇ ਭਾਗੀਦਾਰ ਹਾਂ। ਕਿ ਪਰਮਾਤਮਾ ਲੱਤ ਨਹੀਂ ਮਾਰਦਾ, ਮੱਤ ਮਾਰਦਾ ਹੁੰਦਾ, ਅਤੇ ਉਹ ਅਕਾਲੀਆਂ ਦੀ ਮੱਤ ਵੱਜ ਚੁੱਕੀ ਆ। ਇੱਕ ਬੰਦਾ ਕਿਸ਼ਤੀ ਲੈ ਕੇ ਜਾ ਰਿਹਾ ਸੀ ਅਤੇ ਉਹਦਾ ਮੁੰਡਾ ਕਹਿੰਦਾ, ਬਾਪੂ ਕਿਸ਼ਤੀ ਦੇ ਵਿੱਚ ਬਿੱਲੀ ਦਾ ਭਾਰ ਜ਼ਿਆਦਾ ਹੋ ਗਿਆ, ਕਿਸ਼ਤੀ ਲਾਹ ਦੀਏ ਨਹੀਂ ਤਾਂ ਆਪਾਂ ਡੁੱਬ ਜਾਵਾਂਗੇ। ਅਤੇ ਬਾਪੂ ਕਹਿੰਦਾ, ਰਹਿ ਤਾਂ ਆਪਣਾ ਹਾਥੀ ਵੀ ਪਿੱਛੇ ਗਿਆ, ਅਤੇ ਕਿਉਂ ਨਾ ਆਪਾਂ ਬਿੱਲੀ ਲਾਹ ਦੀਏ, ਹਾਥੀ ਨਾਲ ਤਾਂ ਕੱਲ੍ਹ ਨੂੰ ਆਪਾਂ 10 ਪਿੰਡਾਂ 'ਚ ਆਟਾ ਮੰਗ ਲਾਂਗੇ, ਔਖੇ ਵੇਲੇ 'ਚ ਬਿੱਲੀ ਨਾਲ ਤਾਂ ਕੋਈ ਫਾਇਦਾ ਨਹੀਂ ਹੋਣਾ। ਅਤੇ ਇੱਦਾਂ ਕਰਦੇ ਹਾਂ ਆਪਾਂ, ਬਿੱਲੀ ਲਾ ਕੇ ਹਾਥੀ ਤੰਗ ਲੈਂਦੇ ਹਾਂ। ਉਹਨਾਂ ਨੇ ਹਾਥੀ ਚਾੜ ਲਿਆ ਜੀ ਕਿਸ਼ਤੀ 'ਚ, ਉਹੀ ਹਾਲ ਹੁਣ ਅਕਾਲੀ ਦਲ ਦਾ ਕਿ ਉਹ ਹਾਥੀ ਨੂੰ ਲੈ ਕੇ ਆਏ ਨੇ, ਹੁਣ ਪਹਿਲਾਂ ਹੀ ਬੇੜਾ ਡੁੱਬਿਆ ਸੀ ਅਤੇ ਹੁਣ ਹਾਥੀ ਨੇ ਜਮ੍ਹਾਂ ਹੀ ਡੁਬੋ ਦੇਣਾ। ਕਰ ਦੋਸਤੋ, ਤੁਸੀਂ ਦੇਖ ਰਹੇ ਹੋ ਲਾਈਵ ਦੇ ਚੈਨਲ। ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਸਕੋਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਰੋਧੀ ਧਿਰਾਂ, ਜਿਹੜੀ ਪੰਜਾਬ ਸਰਕਾਰ, ਮੌਜੂਦਾ ਪੰਜਾਬ ਸਰਕਾਰ, ਕਾਂਗਰਸ ਦੇ ਖਿਲਾਫ ਵਿਰੋਧੀ ਧਿਰਾਂ ਵੱਖ ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਕਰ ਰਹੀਆਂ ਨੇ, ਉਹਨਾਂ ਨੂੰ ਲੈ ਕੇ ਅੱਜ ਲੁਧਿਆਣਾ ਦੇ ਜਲੰਧਰ ਬਾਈਪਾਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਸ਼ੋਕ ਕੀਤਾ ਜਾ ਰਿਹਾ ਹੈਗਾ, ਧਰਨਾ ਦਿੱਤਾ ਜਾ ਰਿਹਾ ਹੈਗਾ। ਇੱਥੇ ਭੁੱਖ ਹੜਤਾਲ ਜਿਹੜੀ ਕੀਤੀ ਜਾ ਰਹੀ ਹੈਗੀ ਆ, ਅਸੀਂ ਗੱਲ ਕਰਦੇ ਹੈਗੇ ਹਾਂ ਵੀ ਇਹਨਾਂ ਨਾਲ ਵੀ ਜਿਹੜੀ ਭੁੱਖ ਹੜਤਾਲ ਹੈ ਕਦੋਂ ਤੱਕ ਚੱਲੇਗੀ, ਅਤੇ ਜਿਹੜਾ ਵਿਰੋਧੀ ਜਿਹੜਾ ਹੈਗਾ ਸਕੋਲਰਸ਼ਿਪ ਨੂੰ ਲੈ ਕੇ ਜਿਹੜਾ ਇਹਨਾਂ ਦਾ ਵਿਰੋਧ ਹੈਗਾ, ਕਦ ਤੱਕ ਜਾਰੀ ਰਹੇਗਾ। ਮੇਰੇ ਨਾਲ ਮੌਜੂਦ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ, ਭੁੱਖ ਹੜਤਾਲ ਨੂੰ ਲੈ ਕੇ ਇਹਨਾਂ ਦੇ ਕੀ ਵਿਚਾਰ ਨੇ? ਹਾਂਜੀ, ਕੀ ਕਹਿਣਾ ਚਾਹੋਗੇ ਜਿਹੜਾ ਅੱਜ ਸਕੋਲਰਸ਼ਿਪ ਘੁਟਾਲਿਆਂ ਨੂੰ ਲੈ ਕੇ ਭੁੱਖ ਹੜਤਾਲ ਜਾਰੀ ਕੀਤੀ ਗਈ ਹੈ? ਇਹ ਜਿਹੜੀ ਸਾਡੀ ਗੌਰਮੈਂਟ ਹੈ, ਉਹਦੇ ਜਿਹੜੇ ਮੂੰਹ 'ਤੇ ਸਾਡੀ ਇਹ ਭੁੱਖ ਹੜਤਾਲ ਆ, ਬਹੁਤ ਵੱਡਾ ਤਮਾਚਾ। ਜਿਸ ਗੌਰਮੈਂਟ ਦੇ ਉੱਤੇ ਉਮੀਦਾਂ ਹੁੰਦੀਆਂ ਨੇ ਕਿ ਸਾਡਾ ਜਿਹੜਾ ਭਵਿੱਖ ਆ, ਸਾਡਾ ਯੂਥ ਆ, ਅਗਰ ਯੂਥ ਜਿਹੜਾ ਸਾਡਾ ਕਿ ਗਰੀਬੀ ਰੇਖਾ ਦੇ ਥੱਲੇ ਕੰਮ ਕਰ ਪੜ੍ਹ ਰਿਹਾ, ਉਹ ਬੱਚੇ ਜ਼ਿੰਦਗੀ ਬਣਾ ਰਹੇ ਆ, ਔਰ ਉਹਨਾਂ ਬੱਚਿਆਂ ਦੀ ਜਿਹੜੀ ਸਕੋਲਰਸ਼ਿਪ ਆ, ਵਜ਼ੀਫਾ ਫੀਸ ਆ, ਉਹ ਸਾਰੀ ਦੀ ਸਾਰੀ ਅੰਦਰ ਕਰ ਗਈ ਸਾਡੀ ਗੌਰਮੈਂਟ, ਔਰ ਭੁੱਖ ਹੜਤਾਲ ਉਹਨਾਂ ਦੇ ਖਿਲਾਫ ਹੈ ਕਿ ਸਾਡੇ ਬੱਚਿਆਂ ਦੀ ਸਕੋਲਰਸ਼ਿਪ ਜਾਰੀ ਕੀਤੀ ਜਾਵੇ, ਅਤੇ ਜਿਹੜੇ ਵਜ਼ੀਫਿਆਂ ਦਾ ਫੰਡ ਖਾਤਾ ਉਹਦਾ ਹਿਸਾਬ ਦਿੱਤਾ ਜਾਵੇ। ਔਰ ਗੌਰਮੈਂਟ ਤੋਂ ਸਾਨੂੰ ਇੱਕੋ ਹੀ ਉਮੀਦ ਆ ਕਿ ਸਾਨੂੰ ਇਹਨਾਂ ਨੇ ਕੋਈ ਇਨਸਾਫ ਨਹੀਂ ਦੇਣਾ, ਔਰ ਇੱਕ ਡਿਮਾਂਡ ਸਾਡੀ ਪੂਰੀ ਕਰਦੇ ਕਿ ਇਸੇ ਟਾਈਮ ਅਸਤੀਫਾ ਦੇ ਦੇਣ। ਅਸੀਂ ਇਹਨਾਂ ਦੇ ਖਿਲਾਫ ਜੰਗ ਇਸੇ ਤਰ੍ਹਾਂ ਜਾਰੀ ਰੱਖਾਂਗੇ, ਕਿਉਂਕਿ ਆਮ ਆਦਮੀ ਇਸਤੀਫੇ ਦੀ ਮੰਗ ਤੁਹਾਨੂੰ ਕਿਹਦੇ ਵਾਸਤੇ ਇਸਤੀਫੇ ਦੀ ਮੰਗ ਕਰ ਰਹੇ ਹੋ? ਅਸੀਂ ਕੈਪਟਨ ਸਾਹਿਬ ਤੋਂ ਅਸਤੀਫੇ ਦੀ ਮੰਗ ਕਰਦੇ ਹਾਂ, ਕਿਉਂਕਿ ਗੌਰਮੈਂਟ ਟੋਟਲੀ ਫੇਲੀਅਰ ਆ, ਫੇਲ ਹੋ ਚੁੱਕਿਆ, ਸਾਰਾ ਸਿਸਟਮ ਤੁਹਾਡੇ ਸਾਹਮਣੇ ਆ। ਅੱਜ ਤੱਕ ਕਦੇ ਵੀ ਇਹਨਾਂ ਨੇ ਕਿਸੇ ਵੀ ਕਲੈਰੀਫਿਕੇਸ਼ਨ ਦੇ ਵਿੱਚ ਖਰੇ ਨਹੀਂ ਉਤਰੇ। ਜਿਸ ਘੁਟਾਲੇ ਨੂੰ ਮਰਜ਼ੀ ਲੈ ਕੇ ਦੇਖ ਲਓ, ਅੱਜ ਸਕੋਲਰਸ਼ਿਪ ਤੱਕ ਨਹੀਂ ਬਖਸ਼ੀ ਇਹਨਾਂ ਨੇ, ਬੱਚਿਆਂ ਦੇ ਵਜ਼ੀਫੇ ਤੱਕ ਖਾ ਚੁੱਕੇ ਨੇ, ਔਰ ਅਸੀਂ ਉਹਨਾਂ ਬੱਚਿਆਂ ਨੂੰ
ਉਹਨਾਂ ਸਾਡੇ ਜਿਹੜੇ ਸਾਡਾ ਯੂਥ ਆਉਣ ਵਾਲੀ ਸਾਡੀ ਪੀੜ੍ਹੀ ਆ ਸਾਡੀ ਜਨਰੇਸ਼ਨ ਆ ਜਿਹਦੇ ਵਿੱਚੋਂ ਇੱਕ ਚੰਗੇ ਇੰਜੀਨੀਅਰ ਡਾਕਟਰ ਪੈਦਾ ਹੋਣੇ ਨੇ ਔਰ ਸਾਡੇ ਦੇਸ਼ ਦਾ ਨਾਮ ਰੌਸ਼ਨ ਕਰਨਾ ਸੀ ਉਹ ਬੱਚਿਆਂ ਦੇ ਹੱਕ ਇਹ ਗੌਰਮੈਂਟ ਖਾ ਚੁੱਕੀ ਆ ਔਰ ਅਸੀਂ ਇਹਨਾਂ ਦੇ ਖਿਲਾਫ਼ ਜਿਹੜਾ ਖੁੱਲ੍ਹਾ ਧਰਨਾ ਔਰ ਭੁੱਖ ਹੜਤਾਲ ਜਿਹੜੀ ਅਸੀਂ ਜਾਰੀ ਕੀਤੀ ਆ ਸਾਡਾ ਬਿਗਲ ਬੱਚ ਜਿਹੜਾ ਅੱਜ ਭੁੱਖ ਹੜਤਾਲ ਹੈਗੀ ਹੈ ਕਿੰਨੇ ਦਿਨ ਤੱਕ ਜਾਰੀ ਰਹੇਗੀ ਅਤੇ ਕਿਸ ਤਰ੍ਹਾਂ ਦੀ ਭੁੱਖ ਹੜਤਾਲ ਹੈਗੀ ਹੈ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਭੁੱਖ ਹੜਤਾਲ ਜਾਰੀ ਰਹੂਗੀ ਕਿਸ ਤਰ੍ਹਾਂ ਦੀ ਭੁੱਖ ਹੜਤਾਲ ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਹੁੰਦਾ ਖਾਣਾ ਪਾਣੀ ਬਿਲਕੁਲ ਹੀ ਛੱਡ ਦੇਣਾ ਇੱਕ ਬਿਲਕੁਲ ਪਾਣੀ ਛੱਡ ਕੇ ਭੁੱਖ ਹੜਤਾਲ ਹੁੰਦੀ ਹੈ ਤੁਹਾਡੀ ਭੁੱਖ ਹੜਤਾਲ ਜਿਹੜੀ ਕਿਸ ਤਰ੍ਹਾਂ ਦੀ ਹੋਏਗੀ ਅਤੇ ਕਿੰਨੇ ਬੰਦੇ ਭੁੱਖ ਹੜਤਾਲ ਕਰਨਗੇ ਤੁਹਾਡੇ ਇਕੱਲਾ ਪਾਣੀ ਪੀਣਾਗੇ ਜੀ ਭੁੱਖ ਹੜਤਾਲ ਪੂਰੀ ਦੀ ਪੂਰਾ ਜਾਰੀ ਰਹੂਗੀ ਪਾਣੀ ਇਸ ਕਰਕੇ ਪੀਣਾ ਕਿਉਂਕਿ ਅਸੀਂ ਜਲਦੀ ਨਹੀਂ ਮਰਨਾ ਚਾਹੁੰਦੇ ਮਾਰ ਕੇ ਮਰਾਂਗੇ ਔਰ ਹੱਕ ਲੈ ਕੇ ਮਰਾਂਗੇ ਇਸ ਕਰਕੇ ਅਤੇ ਜਿਹੜੇ ਭੁੱਖ ਹੜਤਾਲ ਦੇ ਮੇਨ ਪਰਸਨ ਬੈਠਣਗੇ ਤੁਹਾਡੇ ਆਮ ਆਦਮੀ ਪਾਰਟੀ ਵੱਲੋਂ ਉਹ ਕੌਣ ਨੇ ਸਾਡੇ ਫੌਜੀ ਸਾਹਿਬ ਮੇਨ ਨੇ ਜੀ ਜਿਨ੍ਹਾਂ ਦਾ ਬਿਗੁਲ ਪਹਿਲਾਂ ਵੱਜਿਆ ਸਾਡੇ ਲੀਡਰ ਇਹ ਨੇ ਅਸੀਂ ਇਹਨਾਂ ਦੇ ਨਾਲ ਸਪੋਰਟ 'ਚ ਖੜੇ ਹਾਂ ਕਿਉਂਕਿ ਸੋਚ ਸਮਝ ਜਿਸ ਬੰਦੇ ਦੀ ਪਹਿਲਾਂ ਕੰਮ ਕਰ ਗਈ ਸਾਡੇ ਲਈ ਉਹ ਲੀਡਰ ਆ ਅਸੀਂ ਅਹੁਦਿਆਂ ਦੇ ਦਾਅਵੇਦਾਰੀਆਂ ਦੀਆਂ ਗੱਲਾਂ ਕਰਦੇ ਹਾਂ ਲੇਕਿਨ ਸਮਾਜ ਦੇ ਲਈ ਜਿਹੜਾ ਬੰਦਾ ਸਭ ਤੋਂ ਪਹਿਲਾਂ ਆਵਾਜ਼ ਉਠਾਉਂਦਾ ਸਾਡੇ ਲਈ ਉਹ ਬੰਦਾ ਮਾਇਨੇ ਰੱਖਦਾ ਫੌਜੀ ਸਾਹਿਬ ਦਾ ਪਹਿਲਾ ਜਿਹੜਾ ਮਾਇਨੇ ਰੱਖਦਾ ਜਿਹੜਾ ਬਿਗੁਲ ਵਜਾਇਆ ਫੌਜੀ ਸਾਹਿਬ ਨੇ ਸਾਨੂੰ ਇੱਕ ਅੱਧੇ ਬੋਲ 'ਤੇ ਸਾਨੂੰ ਮੈਸੇਜ ਮਿਲਿਆ ਪਾਰਟੀ ਵੱਲੋਂ ਹੁਕਮ ਜਾਰੀ ਹੋਇਆ ਅਤੇ ਪਾਰਟੀ ਨੇ ਵੀ ਇਹਨਾਂ ਦੇ ਸਮਰਥਨ ਕੀਤਾ ਅਤੇ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਸਰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਭੁੱਖ ਹੜਤਾਲ ਤੁਸੀਂ ਅੱਜ ਬਹਿ ਗਏ ਹੋ ਅੱਜ ਤੋਂ ਸ਼ੁਰੂ ਕੀਤਾ 22 ਤਰੀਕ ਤੱਕ ਭੁੱਖ ਹੜਤਾਲ ਚੱਲਣੀ ਹੈਗੀ ਹੈ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਪੂਰੇ ਪੰਜਾਬ ਵਾਸੀਆਂ ਨੂੰ ਇਹ ਸੰਦੇਸ਼ ਆਪਣੇ ਸਮਾਜ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿਉਂਕਿ 4:30 ਹੋ ਚੱਲੇ ਗਏ ਮੌਜੂਦਾ ਸਰਕਾਰ ਨੂੰ ਇਹਨਾਂ ਨੇ ਹੁਣ ਤੱਕ ਪੂਰੇ ਪੰਜਾਬ ਨੂੰ ਲੁੱਟਿਆ ਸੁੱਟਿਆ ਸਾਡੇ ਦਲਿਤ ਭਾਈਚਾਰੇ ਦੇ ਸਮਾਜ ਦੇ ਬੱਚਿਆਂ ਦੇ ਇਹਨਾਂ ਨੇ ਸਕੋਲਰਸ਼ਿਪ ਫੀਸਾਂ ਦੇ ਖਾ ਗਏ ਨੇ ਇਹ ਧਰਮ ਇਹਨਾਂ ਦਾ ਧਰਮ ਸੋਟ ਮੰਤਰੀ ਹੈ ਜੋ ਅਤੇ ਇਸ ਕਰਕੇ ਜਿੰਨਾ ਚਿਰ ਉਹ ਪ੍ਰਕਾਸ਼ਨ ਨਹੀਂ ਹੁੰਦਾ ਇਸ ਕਰਕੇ ਅਸੀਂ ਭੁੱਖ ਹੜਤਾਲ 'ਤੇ ਇੱਦਾਂ ਬੈਠੇ ਰਹਾਂਗੇ ਪਿੱਛੇ ਤੁਹਾਨੂੰ ਪਤਾ ਨਾ ਇੱਕ ਬਿਆਨ ਆਇਆ ਸੀ ਕੈਪਟਨ ਸਾਹਿਬ ਦਾ ਉਹਨਾਂ ਨੇ ਸਖਤ ਦਿਸ਼ਾ ਨਿਰਦੇਸ਼ DGP ਨੂੰ ਦਿੱਤੇ ਨੇ ਵੀ ਜਿਹੜੇ ਵੀ ਵਿਰੋਧੀ ਧਿਰਾਂ ਪਾਰਟੀਆਂ ਕੋਈ ਵੀ ਧਰਨਾ ਦਿੰਦੀਆਂ ਨੇ ਅਤੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਤੁਸੀਂ ਕੀ ਕਹਿੰਦੇ ਹੋ ਦੇਖੋ ਜੀ ਅਸੀਂ ਡਰਨ ਵਾਲੇ ਬੰਦੇ ਨਹੀਂ ਹੈਗੇ ਨਾ ਹੀ ਡਰਦੇ ਹਾਂ ਮੈਂ ਤਾਂ ਖੁਦ ਆਰਮੀ ਦੇ ਵਿੱਚੋਂ ਰਿਟਾਇਰਮੈਂਟ ਹਾਂ ਫੌਜ ਦੇ ਵਿੱਚੋਂ ਰਹਿ ਚੁੱਕਾ ਅਸੀਂ ਤਾਂ ਪਾਕਿਸਤਾਨ ਦੀਆਂ ਗੋਲੀਆਂ ਤੋਂ ਨਹੀਂ ਡਰੇ ਇਹ ਤਾਂ ਫਿਰ ਵੀ ਸਾਡੇ ਇੱਕ ਸਮਾਜ ਨੂੰ ਆਪਣੇ ਲੜਾਈ ਅਸੀਂ ਲੜ ਰਹੇ ਹਾਂ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਪੂਰੇ ਸਮਾਜ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਸੰਦੇਸ਼ ਜਿਹੜਾ ਦੇਣਾ ਚਾਹੁੰਦਾ ਕਿ ਉਹ ਬੇਬਸ ਅਤੇ ਲਾਚਾਰ ਖੜਾ ਹੈ ਖੁੰਡਾ ਕਰ ਹਥਿਆਰ ਖੜਾ ਹੈ ਜ਼ੁਲਮ ਵੇਖ ਕੇ ਵੀ ਨਾ ਬੋਲੇ ਫਿਰ ਤੂੰ ਵੀ ਜ਼ੁਲਮੇ ਨਾਲ ਖੜਾ ਹੈ ਫਿਰ ਤੂੰ ਵੀ ਜ਼ੁਲਮੇ ਨਾਲ ਖੜਾ ਅਗਰ ਜ਼ੁਲਮ ਨੂੰ ਦੇਖ ਕੇ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਚੱਕ ਸਕਦੇ ਇਹਦਾ ਮਤਲਬ ਇਹੀ ਹੈ ਕਿ ਅਸੀਂ ਵੀ ਜ਼ੁਲਮਾਂ ਦੇ ਭਾਗੀਦਾਰ ਹਾਂ ਆਓ ਸਾਰੇ ਕੰਧੇ ਨਾਲ ਕੰਧਾਂ ਬਣਾ ਕੇ ਆਮ ਆਦਮੀ ਪਾਰਟੀ ਦਾ ਸਾਥ ਦੇਈਏ ਆਮ ਆਦਮੀ ਪਾਰਟੀ ਦੇ ਨਾਲ ਕੰਧੇ ਨਾਲ ਕੰਧਾਂ ਬਣਾ ਕੇ ਖੜੀਏ 2022 ਦੇ ਵਿੱਚ ਝਾੜੂ ਨੂੰ ਵੋਟਾਂ ਪਾ ਕੇ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈਏ ਤਾਂ ਜੋ ਕਰਪਟ ਸਿਸਟਮ ਹੈ ਜੋ ਕਰਪਟ ਸਰਕਾਰਾਂ ਨੇ ਇਹਨਾਂ ਨੂੰ ਆਪਾਂ ਬਰਖਾਸਤ ਕਰ ਸਕੀਏ ਇਹਨੂੰ ਭਜਾ ਸਕੀਏ ਤੁਹਾਨੂੰ ਕੀ ਲੱਗਦਾ ਹੈਗਾ ਜਿਹੜਾ 4 ਦਿਨ ਦਾ ਭੁੱਖ ਹੜਤਾਲ ਤੁਹਾਡੀ ਰਹੇਗੀ ਉਸ ਤੋਂ ਬਾਅਦ ਜੇ ਜਿਹੜੇ ਵਜ਼ੀਫਿਆਂ ਨੂੰ ਲੈ ਕੇ ਧਰਮਸੋਤ ਵੱਲੋਂ ਜੋ ਵੀ ਕੀਤਾ ਗਿਆ ਹੈਗਾ ਉਹ ਕੀ ਠੀਕ ਹੋ ਜਾਏਗਾ ਦੇਖੋ ਜੀ ਜਿਹੜੀ ਭੁੱਖ ਹੜਤਾਲ ਹੈ 7 ਦਿਨ ਦੀ ਭੁੱਖ ਹੜਤਾਲ ਹੈ 7 ਡੇਜ਼ ਹੰਗਰ ਸਟ੍ਰਾਈਕ ਹੈ ਸਾਡੀ ਇਹ ਅਗਰ ਬਾਈ ਚਾਂਸ ਇਹ ਆਪਣੇ ਇਹਨਾਂ ਨੂੰ ਬਰਖਾਸਤ ਨਹੀਂ ਕੀਤਾ ਜਾਏਗਾ ਇਸ ਸਿਸਟਮ ਨੂੰ ਇਹ ਜਿਹੜਾ ਸਾਡੀ ਭੁੱਖ ਹੜਤਾਲ ਆ ਇਸ ਅੰਦੋਲਨ ਨੂੰ ਹੋਰ ਜ਼ਿਆਦਾ ਤੇਜ਼ ਕੀਤਾ ਜਾਏਗਾ ਤੁਹਾਡੀ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਕਦੋਂ ਹੋਈ ਸੀਗੀ ਕੀ ਸੋਚ ਕੇ ਕੀ ਵਿਚਾਰਧਾਰਾ ਸੀ ਪਰਸਨਲ ਤੁਹਾਡੀ ਦੇਖੋ ਜੀ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਇਸੇ ਕਰਕੇ 2014 ਤੋਂ ਲੈ ਕੇ ਮੈਂ ਹੁਣ ਤੱਕ ਚੱਲਦਾ ਆ ਰਿਹਾ ਤਕਰੀਬਨ 8-9 ਸਾਲ ਹੋ ਚੁੱਕੇ ਨੇ ਅਤੇ ਲੇਕਿਨ ਕਿਹਾ ਕਿ ਮੇਰੀ ਸਿਰਫ ਇਹੀ ਸੋਚ ਆ ਕਿ ਮੈਂ ਮੇਰੀ ਸਮਾਜ ਨਾਲ ਜੋ ਕਰਪਟ ਸਿਸਟਮ ਸਮਾਜ ਦੇ ਨਾਲ ਮੇਰੀ ਲੜਾਈ ਆ ਬਸ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਚਾਰਧਾਰਾ ਹੈ ਕਰਪਟ ਸਿਸਟਮ ਨੂੰ ਲੈ ਕੇ ਹੀ ਹੈਗੀ ਹੈ ਅਤੇ ਜੀ ਤੁਹਾਡੇ ਕੋਲ ਅਸੀਂ ਸਵਾਲ ਕਰਦੇ ਹਾਂ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਹੁਣੇ ਹੁਣੇ ਜੁਆਇਨ ਹੋਏ ਹੋ ਤੁਹਾਨੂੰ ਇੱਕ ਬਹੁਤ ਵੱਡਾ ਅਹੁਦਾ ਮਿਲਿਆ ਹੈਗਾ ਤੁਹਾਡੀ ਵਿਚਾਰਧਾਰਾ ਪਰਸਨਲੀ ਤੌਰ 'ਤੇ ਕੀ ਹੈਗੀ ਤੁਹਾਡੇ ਕਾਫੀ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੁੰਦੇ ਨੇ ਤੁਸੀਂ ਭ੍ਰਸ਼ਟ ਲੋਕਾਂ ਦੇ ਕੋਲ ਜਾ ਕੇ ਬਹੁਤ ਲੜਦੇ ਹੋ ਆਮ ਲੋਕਾਂ ਵਾਸਤੇ
ਦੇਖੋ ਜੀ, ਸਾਨੂੰ ਅਸੀਂ ਇੱਕ ਬਜ਼ੁਰਗਾਂ ਤੋਂ ਇੱਕ ਪੁਰਾਣੀ ਕਹਾਵਤ ਸੁਣੀ ਹੈ ਕਿ ਕਿੱਚੜ ਨੂੰ ਅਗਰ ਸਾਫ਼ ਕਰਨਾ ਪਵੇ ਤਾਂ ਕਿੱਚੜ 'ਚ ਉਤਰਨਾ ਪੈਂਦਾ। ਹੁਣ ਜਦੋਂ ਅਸੀਂ ਜਾ ਕੇ ਦੇਖਦੇ ਹਾਂ, ਕਰਪਟ ਸਿਸਟਮ ਦੀਆਂ ਸਾਡੇ ਕੋਲ ਕਾਲਸ ਆਉਂਦੀਆਂ ਨੇ ਕਿ ਅਸੀਂ ਤੰਗ ਆ, ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ, ਅਤੇ ਅਸੀਂ ਜਾ ਕੇ ਉੱਥੇ ਮੌਕੇ 'ਤੇ ਨਿਪਟਾਰਾ ਕਰਦੇ ਹਾਂ ਅਤੇ ਉਸ ਚੀਜ਼ ਦੇ ਜਿਹੜਾ ਕਰਪਸ਼ਨ ਦੇ ਜੋ ਚੱਲ ਰਹੀ ਉਹਦੇ ਖਿਲਾਫ਼ ਆਵਾਜ਼ ਉਠਾਉਂਦੇ ਹਾਂ ਅਤੇ ਅਸੀਂ ਉਹਦਾ ਸਿਸਟਮ ਦੇ ਖਿਲਾਫ਼ ਬੋਲ ਕੇ ਉੱਥੇ ਲੋਕਾਂ ਨੂੰ ਇਨਸਾਫ਼ ਵੀ ਦਿਵਾਉਂਦੇ ਹਾਂ। ਆਮ ਆਦਮੀ ਪਾਰਟੀ ਦਾ ਸਿਰਫ ਇੱਕੋ ਹੀ ਨਾਰਾ ਹੈ ਕਿ ਹਰ ਹਰ ਉਸ ਆਮ ਇਨਸਾਨ ਦੇ ਨਾਲ ਅਸੀਂ ਖੜ੍ਹੇ ਹਾਂ ਜਿਹਦੇ ਨਾਲ ਧੱਕਾ ਹੋ ਰਿਹਾ, ਧੱਕੇਸ਼ਾਹੀ ਹੋ ਰਹੀ ਹੈ ਅਤੇ ਉਹਨਾਂ ਦੇ ਹੱਕਾਂ ਨੂੰ ਖੋਇਆ ਜਾ ਰਿਹਾ, ਅਤੇ ਆਮ ਆਦਮੀ ਪਾਰਟੀ ਹਮੇਸ਼ਾ ਆਮ ਆਦਮੀ ਦੇ ਇਨਸਾਨ ਦੇ ਹੱਕਾਂ ਦੀ ਗੱਲ ਕਰਦੀ ਆ ਅਤੇ ਉਹਨਾਂ ਦੇ ਜਿਹੜੇ ਦਾਅਵੇਦਾਰੀਆਂ ਨੇ ਜਿਹੜੀਆਂ ਵੱਡੀਆਂ ਸਰਕਾਰਾਂ ਆਪਣੇ ਆਪ ਨੂੰ ਕਹਿੰਦੀਆਂ ਨੇ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਤਾ, ਕੈਲੀਫੋਰਨੀਆ ਬਣਾਤਾ, ਤੁਹਾਡੇ ਸਾਹਮਣੇ ਆ ਕਿ ਪੰਜਾਬ ਕਿੰਨਾ ਕੁ ਖੁਸ਼ਹਾਲ ਅਤੇ ਕਿੰਨਾ ਕੁ ਕੈਲੀਫੋਰਨੀਆ ਬਣ ਚੁੱਕਿਆ। 2 ਸਾਲ ਹੋ ਗਏ ਸਾਡੇ ਬੱਚਿਆਂ ਦੀ ਪੜ੍ਹਾਈ ਬੰਦ ਹੋਈ ਨੂੰ, 2 ਸਾਲ ਤੋਂ ਉੱਪਰ, 1.5 ਸਾਲ ਪੌਣੇ 2 ਸਾਲ ਹੋ ਗਏ ਸਾਨੂੰ ਕੋਰੋਨਾ ਦੀ ਮਾਰ ਥੱਲੇ ਅਸੀਂ ਮਰ ਰਹੇ ਹਾਂ। ਕੈਪਟਨ ਸਾਹਿਬ ਦੀ ਪਹਿਲੀ ਇਹ ਸੀਗੀ ਕਿ ਅਸੀਂ ਫੀਸਾਂ ਮਾਫ਼ ਕਰ ਦਾਂਗੇ, ਕੋਈ ਧੱਕੇਸ਼ਾਹੀ ਨਹੀਂ ਹੋਏਗੀ। ਤੁਹਾਡੇ ਸਾਹਮਣੇ ਸਕੂਲਾਂ ਨੇ ਠੋਕ ਵਜਾ ਕੇ ਫੀਸਾਂ ਲਈਆਂ ਨੇ ਔਰ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਤੁਹਾਨੂੰ ਵੀ ਪਤਾ ਕਿੰਨੀ ਕੁ ਪੜ੍ਹੀ ਜਾ ਰਹੀ ਆ। ਮੈਨੂੰ ਤਾਂ ਇਹ ਲੱਗਦਾ ਕਿ ਸਾਡਾ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਅਨਪੜ੍ਹ ਕਰਨ ਦਾ ਜਿਹੜਾ ਇਹ ਸਰਕਾਰ ਦਾ ਮੇਨ ਟੀਚਾ ਹੈ, ਉਹਦੇ 'ਤੇ ਇਹ ਆਪਣੇ ਕੰਮ ਕਰ ਰਹੇ ਨੇ। ਕਿਉਂਕਿ ਜਦੋਂ ਕਿਸੇ ਦੇਸ਼ ਨੂੰ ਗੁਲਾਮ ਬਣਾਉਣਾ ਹੋਵੇ ਤਾਂ ਯੂਥ ਨੂੰ ਅਨਪੜ੍ਹ ਕਰ ਦਿਉ ਤਾਂ ਕਿ ਉਹ ਪੜ੍ਹ ਲਿਖ ਕੇ ਆਪਣਾ ਦਿਮਾਗ ਨਾ ਵਰਤ ਸਕਣ ਔਰ ਆਪਣੇ ਹੱਕਾਂ ਲਈ ਲੜ ਨਾ ਸਕਣ। ਅਤੇ ਅੱਜ ਸਾਨੂੰ ਆਪਣੇ ਬੱਚਿਆਂ ਦੇ ਹੱਕਾਂ ਲਈ ਲੜਨਾ ਪਏਗਾ, ਇਹਨਾਂ ਸਰਕਾਰਾਂ ਅੱਗੇ ਝੁਕਣਾ ਨਹੀਂ ਆ, ਇਹਨਾਂ ਨਾਲ ਲੜਾਂਗੇ, ਇਸ ਕਰਪਟ ਸਿਸਟਮ ਨੂੰ ਬੰਦ ਕਰਾਂਗੇ। ਔਰ ਆਮ ਆਦਮੀ ਪਾਰਟੀ ਹਮੇਸ਼ਾ ਸਾਡੇ ਨਾਲ ਖੜੀ ਆ ਔਰ ਮੈਂ ਇੱਕੋ ਚੀਜ਼ ਦੀ ਉਹ ਕਰਦੀ ਹਾਂ ਕਿ ਪਾਰਟੀਆਂ ਚਾਹੇ ਕੋਈ ਵੀ ਹੋਣ, ਜਦੋਂ ਕੋਈ ਵੀ ਪਾਰਟੀ ਤੁਹਾਡੇ ਆਮ ਇਨਸਾਨ ਦੇ ਹੱਕਾਂ ਦੀ ਗੱਲ ਕਰਦੀ ਆ ਤਾਂ ਉਹ ਪਾਰਟੀ ਤੁਹਾਡੇ ਲਈ ਵਫਾਦਾਰ ਹੁੰਦੀ ਆ ਅਤੇ ਤੁਹਾਡੇ ਲਈ ਹਮੇਸ਼ਾ ਖੜੀ ਹੁੰਦੀ ਆ। ਅਤੇ ਸਾਡੇ ਲਈ ਕੇਜਰੀਵਾਲ ਸਾਹਿਬ ਦਾ ਇੱਕ ਹੁਕਮ ਹੈ ਕਿ ਜਦੋਂ ਤੱਕ ਤੁਸੀਂ ਲੜ ਸਕਦੇ ਹੋ ਉਦੋਂ ਤੱਕ ਲੜੋ, ਮਰਨਾ ਵੀ ਪੈ ਗਿਆ ਮਰਾਂਗੇ, ਪਰ ਤੁਹਾਨੂੰ ਵੀ ਪਤਾ ਇਹ ਗੰਦਾ ਸਿਸਟਮ ਇੰਨੀ ਛੇਤੀ ਨਹੀਂ ਟੁੱਟਣ ਵਾਲਾ, ਇਹਦੇ ਲਈ ਲੜਨਾ ਪੈਣਾ। ਹਥਿਆਰ ਵੀ ਸਾਡਾ ਇਹੀ ਆ ਕਿ ਅਸੀਂ ਭੁੱਖ ਹੜਤਾਲ ਕਰ ਸਕਦੇ ਹਾਂ, ਅਸੀਂ ਕੋਈ ਵਾਇਲੈਂਸ ਕ੍ਰੀਏਟ ਨਹੀਂ ਕਰਾਂਗੇ, ਅਸੀਂ ਕੋਈ ਧੱਕੇਸ਼ਾਹੀ ਨਹੀਂ ਕਰਾਂਗੇ, ਅਸੀਂ ਕੋਈ ਕਾਨੂੰਨ ਨਹੀਂ ਤੋੜਾਂਗੇ, ਅਸੀਂ ਆਪਣਾ ਸ਼ਾਂਤੀਪੂਰਵਕ ਜਿਹੜਾ ਸਾਡਾ ਭੁੱਖ ਹੜਤਾਲ ਆ ਉਹ ਅਸੀਂ ਇੱਦਾਂ ਹੀ ਜਾਰੀ ਰੱਖਾਂਗੇ। ਤੁਹਾਨੂੰ ਨਹੀਂ ਲੱਗਦਾ ਹੈਗਾ ਕੁਛ ਜਿਹੜੀ ਧਿਰਾਂ ਹੈਗੀਆਂ, ਦੂਸਰੀ ਪਾਰਟੀਆਂ ਹੈਗੀਆਂ, ਉਹ ਇੱਕ ਇੰਟਰਨਲੀ ਗੱਠਜੋੜ ਬਣਾ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾਉਣ ਦੇਣਗੀਆਂ, ਤੁਹਾਨੂੰ ਲੱਗਦਾ ਇਸ ਗੱਲ ਦਾ? ਇੱਕ ਕਹਾਵਤ ਸੁਣੀ ਆ ਤੁਸੀਂ, ਕਹਿੰਦੇ ਇੱਕ ਬੰਦਾ ਕਿਸ਼ਤੀ ਲੈ ਕੇ ਜਾ ਰਿਹਾ ਸੀ, ਇਹ ਸੁਣਨ ਵਾਲੀ ਹੈ, ਹਾਈਲਾਈਟ ਕਰਨ ਵਾਲੀ ਆ। ਇੱਕ ਬੰਦਾ ਕਿਸ਼ਤੀ ਲੈ ਕੇ ਜਾ ਰਿਹਾ ਸੀ ਅਤੇ ਉਹਦਾ ਮੁੰਡਾ ਕਹਿੰਦਾ ਬਾਪੂ ਕਿਸ਼ਤੀ ਦੇ ਵਿੱਚ ਬਿੱਲੀ ਦਾ ਭਾਰ ਜ਼ਿਆਦਾ ਹੋ ਗਿਆ, ਕਿਸ਼ਤੀ ਦੇ ਵਿੱਚ ਬਿੱਲੀ ਦਾ ਭਾਰ ਜ਼ਿਆਦਾ ਹੋ ਗਿਆ, ਕਿਸ਼ਤੀ ਲਾਹ ਦੀਏ ਨਹੀਂ ਤਾਂ ਆਪਾਂ ਡੁੱਬ ਜਾਵਾਂਗੇ। ਅਤੇ ਬਾਪੂ ਕਹਿੰਦਾ ਰਹਿ ਤਾਂ ਆਪਣਾ ਹਾਥੀ ਵੀ ਪਿੱਛੇ ਗਿਆ, ਅਤੇ ਕਿਉਂ ਨਾ ਆਪਾਂ ਬਿੱਲੀ ਲਾਹ ਦੀਏ, ਹਾਥੀ ਨਾਲ ਤਾਂ ਕੱਲ੍ਹ ਨੂੰ ਆਪਾਂ 10 ਪਿੰਡਾਂ 'ਚ ਆਟਾ ਮੰਗ ਲਾਂਗੇ ਔਖੇ ਵੇਲੇ 'ਚ, ਬਿੱਲੀ ਨਾਲ ਤਾਂ ਕੋਈ ਫਾਇਦਾ ਨਹੀਂ ਹੋਣਾ। ਅਤੇ ਇੱਦਾਂ ਕਰਦੇ ਹਾਂ ਆਪਾਂ, ਬਿੱਲੀ ਲਾ ਕੇ ਹਾਥੀ ਟੰਗ ਲੈਂਦੇ ਹਾਂ। ਉਹਨਾਂ ਨੇ ਹਾਥੀ ਚਾੜ ਲਿਆ ਜੀ ਕਿਸ਼ਤੀ 'ਚ, ਉਹੀ ਹਾਲ ਹੁਣ ਅਕਾਲੀ ਦਲ ਦਾ ਕਿ ਉਹ ਹਾਥੀ ਨੂੰ ਲੈ ਕੇ ਆਏ ਨੇ, ਹੁਣ ਪਹਿਲਾਂ ਹੀ ਬੇੜਾ ਡੁੱਬਿਆ ਸੀ ਅਤੇ ਹੁਣ ਹਾਥੀ ਨੇ ਜਮ੍ਹਾਂ ਹੀ ਡੁਬੋ ਦੇਣਾ। ਕਹਿੰਦੇ ਨਹੀਂ ਹੁੰਦੇ ਕਿ ਪਰਮਾਤਮਾ ਲੱਤ ਨਹੀਂ ਮਾਰਦਾ, ਮੱਤ ਮਾਰਦਾ ਹੁੰਦਾ, ਅਤੇ ਅਕਾਲੀਆਂ ਦੀ ਮੱਤ ਵੱਜ ਚੁੱਕੀ ਆ। ਤੁਹਾਨੂੰ ਵੀ ਪਤਾ ਇਹ 20 ਸੀਟਾਂ ਲੈ ਕੇ ਸਾਡੀ ਆਮ ਆਦਮੀ ਪਾਰਟੀ ਦਾ ਲੱਕ ਨਹੀਂ ਤੋੜ ਸਕਦੇ, ਅਤੇ ਜੋ ਵੀ ਆ ਤੁਹਾਨੂੰ ਵੀ ਪਤਾ, ਤੁਹਾਡੇ ਸਾਹਮਣੇ ਆ ਕਿ ਮਾਇਆਵਤੀ ਦਲਿਤਾਂ ਦੀ ਗੱਲ ਕਰਦੀ ਆ, ਦਲਿਤਾਂ ਦੇ ਹੱਕ 'ਚ ਕਿੰਨਾ ਕੁ ਬੋਲੀ ਆ, ਇਹੋ ਅਕਾਲੀ ਲੀਡਰਾਂ ਦੇ ਖਿਲਾਫ਼ ਵੀਡੀਓ ਵਾਇਰਲ ਹੋ ਰਹੀ ਆ। ਤੁਸੀਂ ਦੇਖ ਸਕਦੇ ਹੋ ਕਿ ਬਸਪਾ ਵਾਲਿਆਂ ਨੇ ਪਹਿਲਾਂ ਕਿਹੋ ਜਿਹੇ ਬਿਆਨ ਦਿੱਤੇ ਨੇ ਬਾਦਲ ਸਾਹਿਬ ਦੇ ਲਈ, ਅਤੇ ਇਹਨਾਂ ਦੀ ਪਾਰਟੀ ਲਈ ਕਿਹੋ ਜਿਹੀ ਬਿਆਨਬਾਜ਼ੀ ਹੁੰਦੀ ਸੀ ਉਹਨਾਂ ਦੀ, ਅਤੇ ਅੱਜ ਇਹ ਗੱਠਜੋੜ ਕਰਕੇ ਮੂਰਖ ਬਣਾਉਣ ਆਏ ਆ ਸਿਰਫ ਅਤੇ ਸਿਰਫ ਆਮ ਜਨਤਾ ਨੂੰ। ਅਤੇ ਮੈਂ ਜਨਤਾ ਨੂੰ ਇਹੀ ਅਪੀਲ ਕਰੂੰਗੀ, ਇਹਨਾਂ ਦੇ ਕਿਸੇ ਵੀ ਸ਼ੋਸ਼ੇ ਨੂੰ ਅਪਣਾਓ ਨਾ, ਇਹਨਾਂ ਦੀਆਂ ਗੱਲਾਂ 'ਤੇ ਭਰਮਾਇਓ ਨਾ, ਇਹਨਾਂ ਨੂੰ ਭਜਾਓ, ਸ਼ਰੇਆਮ ਭਜਾਉਣਾ ਪਊਗਾ ਅਤੇ ਝਾੜੂ ਨੂੰ ਲਿਆਉਣਾ ਪਊਗਾ। ਤੁਸੀਂ ਕੀ ਮੰਨਦੇ ਹੋ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚੋਂ ਤੁਸੀਂ ਇੱਕ ਤਾਲੁਕ ਰੱਖਦੇ ਹੋ, ਤੁਹਾਨੂੰ ਦੇਖ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚੋਂ ਕੋਈ ਨਾ ਕੋਈ ਤੁਹਾਡੇ ਵੱਲ ਅਟਰੈਕਟ ਹੋ ਰਿਹਾ ਵੀ ਅਸੀਂ ਵੀ ਆਮ ਆਦਮੀ ਪਾਰਟੀ ਜੁਆਇਨ ਕਰਨੀ ਹੈ? ਦੇਖੋ ਜੀ, ਸੈਲੀਬ੍ਰਿਟੀ ਦਾ ਕੰਮ ਹੁੰਦਾ ਤਾੜੀਆਂ ਵਜਵਾਉਣਾ, ਕਿਉਂਕਿ ਉਹ ਵਧੀਆ ਅਭਿਨੈ ਕਰਦਾ ਉਦੋਂ,
ਲੋਕਾਂ ਨੂੰ ਜੋੜਨਾ, ਅਤੇ ਇੱਥੇ ਵੀ ਸਾਡਾ ਇੱਕ ਇਹੀ ਯੋਗਦਾਨ ਰਹੇਗਾ ਕਿ ਜੇ ਜਿੰਨੇ ਕੁ ਲੋਕ ਸਾਨੂੰ ਜਾਣਦੇ ਨੇ ਐਜ਼ ਆ ਸੈਲੀਬ੍ਰਿਟੀ, ਐਜ਼ ਆ ਫਿਲਮ ਲਾਈਨ, ਅਤੇ ਅਸੀਂ ਉਹਨਾਂ ਲੋਕਾਂ ਦੇ ਜ਼ਰੀਏ ਲੋਕਾਂ ਤੱਕ ਮੈਸੇਜ ਪਹੁੰਚਾ ਸਕੀਏ ਅਸੀਂ ਕਿ ਅਸੀਂ ਜਿਸ ਪਾਰਟੀ ਨਾਲ ਹੈਗੇ ਹਾਂ ਬਿਲਕੁਲ ਨਿਰਪੱਖ, ਨਿਰਲੇਪ ਅਤੇ ਸਹੀ ਆ, ਅਤੇ ਇਸ ਕਰਕੇ ਤੁਸੀਂ ਸਾਰੇ ਜਣੇ ਇਸ ਪਾਰਟੀ ਨਾਲ ਜੁੜੋ। ਮੇਰਾ ਮੇਨ ਮੋਟਿਵ ਇਹੀ ਆ ਫਿਲਮ ਇੰਡਸਟਰੀ ਦੇ ਵਿੱਚੋਂ ਆਉਣਾ ਕਿ ਇਸ ਪਾਰਟੀ ਨੂੰ ਪ੍ਰਮੋਟ ਕਰਾਂ ਜੋ ਸਾਡੇ ਹੱਕਾਂ ਦੀ ਗੱਲ ਕਰਦੀ ਆ, ਅਤੇ ਘਰ ਘਰ ਇਸ ਪਾਰਟੀ ਦਾ ਮੈਸੇਜ ਪਹੁੰਚਾਵਾਂ ਜੋ ਸਾਡੇ ਵਿਸਥਾਰ ਦੀ, ਸਾਡੇ ਸੱਭਿਆਚਾਰ ਦੀ, ਸਾਡੀ ਸਾਡੀ ਬੱਚਿਆਂ ਦੇ ਭਵਿੱਖ ਦੀ, ਸਾਡੀ ਸਿੱਖਿਆ ਦੀ, ਸਾਡੀ ਸਿਹਤ ਸਹੂਲਤਾਂ ਦੀ ਗੱਲ ਕਰਦੀ ਆ, ਅਤੇ ਉਸ ਪਾਰਟੀ ਨੂੰ ਪ੍ਰਮੋਟ ਕਰਨ 'ਚ ਮੇਰੇ ਖਿਆਲ 'ਚ ਮੈਨੂੰ ਕੋਈ ਗਰੇਜ਼ ਨਹੀਂ ਹੈਗਾ। ਸੋ ਇਹ ਸੀਗੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਜਿਹੜੇ ਧਰਮਸੋਤ ਵੱਲੋਂ ਪੰਜਾਬ ਦੀ ਜਿਹੜੀ ਕੈਪਟਨ ਸਰਕਾਰ ਹੈ ਉਹਨਾਂ ਦੇ ਮੰਤਰੀ ਵੱਲੋਂ ਸਕੋਲਰਸ਼ਿਪ ਘੁਟਾਲੇ ਨੂੰ ਲੈ ਕੇ ਉਹਦੇ ਵਿਰੋਧ ਦੇ ਵਿੱਚ ਭੁੱਖ ਹੜਤਾਲ 'ਤੇ ਬੈਠ ਗਏ ਨੇ। ਇਹ ਭੁੱਖ ਹੜਤਾਲ ਜਿਹੜੀ 22 ਤਰੀਕ ਤੱਕ ਚੱਲੇਗੀ ਇਹਨਾਂ ਦੀ, ਤੁਸੀਂ ਦੇਖਦੇ ਰਹੋ। ਨਵੀਂ ਅਪਡੇਟ ਦੇ ਨਾਲ ਅਸੀਂ ਫਿਰ ਰੂਬਰੂ ਕਰਾਵਾਂਗੇ। ਮੈਂ ਹਾਂ ਪੱਤਰਕਾਰ ਅਜੇ ਬਾਵਾ, ਲਾਈਵ 'ਤੇ ਚੈਨਲ ਲੁਧਿਆਣਾ ਤੋਂ।